ਹਾਂਜੀ, ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ, ਆਪਣਿਆਂ ਨੂੰ, ਭਰਾਵਾਂ ਨੂੰ। ਅਤੇ ਆਪਾਂ ਪਿੰਡ ਪਹੁੰਚੇ ਹਾਂ ਖੈਰਾ ਖੁਰਦ ਨੇੜੇ ਫਤਿਹਗੜ੍ਹ ਚੂੜੀਆਂ। ਅਤੇ ਇਹ ਜਿਹੜੀ ਗਾਂ ਆਪਾਂ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ, ਰਿਪੀਟਰ ਹੀ ਗਾਂ, ਇਹ ਵੀ ਕਾਫੀ ਟਾਈਮ ਤੋਂ, ਮਤਲਬ ਕਾਫੀ ਵਾਰੀ ਇਹਦੀ AI ਵਗੈਰਾ ਹੋਈ ਗਈ, ਅਤੇ ਅੱਜ ਆਪਾਂ ਚੈੱਕ ਪਾਸ ਕੀਤੀ ਹੈ। ਅਤੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਚਲੋ ਗੱਬਣ ਨਿਕਲ ਆਈ ਆ। ਪਿੰਡ ਖੈਰਾ ਖੁਰਦ, ਜ਼ਿਲ੍ਹਾ ਆਪਣਾ ਗੁਰਦਾਸਪੁਰ, ਨੇੜੇ ਫਤਿਹਗੜ੍ਹ ਚੂੜੀਆਂ। ਅਤੇ ਬਾਕੀ ਮੈਂ ਤੁਹਾਨੂੰ ਦੱਸਤਾ ਕਿ ਚਲੋ ਆਪਾਂ ਇੱਕ ਰਿਕਾਰਡ ਤੋੜਿਆ ਵਾ ਇਹ ਵੀ, ਕਿਉਂਕਿ ਇਹ ਪਿੰਡ ਦੇ ਲਾਗੇ ਲਾਗੇ, ਮੈਂ ਮਤਲਬ ਪਿੰਡ ਦੀ ਗੱਲ ਕਰਦਾ, ਇੱਥੇ 7-8 ਮਤਲਬ ਪਹਿਲਾਂ ਤੋਂ ਰਿਕਾਰਡ ਟੁੱਟ ਚੁੱਕੇ ਨੇ, ਜਿਹੜੇ 2-2 ਸਾਲ ਤੋਂ, 3-3 ਸਾਲ ਤੋਂ ਮਤਲਬ ਰਿਪੀਟਰ ਚੱਲਣ ਡੇ ਜਾਨਵਰ। ਅਤੇ ਬਾਕੀ ਆਪਾਂ ਬਹੁਤੀ ਗੱਲ ਨਹੀਂ ਕਰਨੀ, ਬਾਕੀ ਆਪਣਾ ਭਰਾ ਵੀਰ ਜਿਹਦੀ ਗਾਂ ਵਾ, ਉਹ ਵੀ ਤੁਹਾਨੂੰ ਇਹਦੇ ਬਾਰੇ ਕੁਝ ਦੱਸੂਗਾ ਕਿ ਕਦੋਂ ਦੀ ਆ, ਕਿਵੇਂ ਦੀ ਆ, ਹੈ ਨਾ, ਕਿੰਨੀ ਵਾਰੀ ਸੀਮਾ ਲੱਗੇ ਆ। ਅਤੇ ਚਲੋ ਆਪਾਂ ਕੀ ਕੀਤਾ ਵੀਰ ਲਈ, ਅਤੇ ਸਾਨੂੰ ਤੁਹਾਨੂੰ ਵੀਰ ਦੱਸੂਗਾ ਆਪਣਾ, ਅਤੇ ਚਲੋ ਕਰਦੇ ਹਾਂ ਗੱਲ ਉਹਦੇ ਨਾਲ। ਅਤੇ ਬਾਕੀ ਆ ਜਾਓ ਆਪਾਂ ਭਰਾ ਨਾਲ, ਆਪਣੇ ਨਾਲ ਗੱਲ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਥੋੜ੍ਹਾ ਮਤਲਬ ਤੇਜ਼ ਬੋਲਿਓ ਅਤੇ ਦੱਸਿਓ ਕਿੰਨਾ ਚਿਰ ਹੋ ਗਿਆ ਗਾਂ ਨੂੰ। ਹਾਂਜੀ, ਗਾਂ ਨੂੰ 7-9 ਮਹੀਨੇ ਹੋ ਗਏ ਜੋ ਰਿਪੀਟ ਹੁੰਦੀ ਨਾ। 7 ਮਹੀਨੇ, ਕਿੰਨੀ ਵਾਰੀ AI ਹੋ ਗਈ ਇਹਦੀ? ਇਹ 9-10 ਵਾਰੀ ਹੋ ਗਈ ਹੋਣੀ ਜੋ। 9-10 ਵਾਰੀ AI ਹੋ ਚੁੱਕੀ ਆ, ਹੈ ਨਾ, 40 ਦਿਨਾਂ ਦੀ, ਮਤਲਬ 45 ਦਿਨ ਦੇ ਪਲੱਸ ਆਪਾਂ ਚੈੱਕ ਕੀਤੀ ਹੈ ਨਾ। ਹਾਂਜੀ ਹਾਂਜੀ ਹਾਂਜੀ। ਅਤੇ ਬਾਕੀ ਇਹ ਆ ਕਿ ਕਿਵੇਂ ਕੰਮ ਕਾਰ ਆਪਣੇ ਵੀਰ ਦਾ ਲੱਗਾ, ਕੋਈ ਤਰੀਕੇ ਕੋਈ ਵੱਖਰੇ, ਮਤਲਬ ਕਿਉਂਕਿ 6-7 ਵਾਰੀ ਆਪਾਂ 6-7 ਜਾਨਵਰ ਹੋਰ ਵੀ ਆਪਾਂ ਲਾਗੇ ਲਾਗੇ ਗੱਭਣ ਕੀਤੇ ਆ, ਹੈ ਨਾ। ਅਤੇ ਕਿਵੇਂ ਕੋਈ ਇਹ ਦੱਸਿਓ ਕਿ ਕੋਈ ਮਤਲਬ ਅਲੱਗ ਤੋਂ ਮਤਲਬ ਆਪਣੇ ਤਰੀਕੇ ਕੀ ਲੱਗਾ ਤੁਹਾਨੂੰ, ਆਪਣੇ ਕੰਮ ਕਾਰ 'ਚ ਕਿਵੇਂ ਕੀ ਲੱਗਾ ਫਰਕ, ਕੀ ਦੱਸਿਓ? ਜਾਦੂ ਵਾਲਾ ਹੀ ਹੈ ਜੀ ਕੰਮ ਤੇ। ਜਾਦੂ ਵਾਲਾ ਹੀ ਹੈ? ਹਾਂਜੀ ਹਾਂਜੀ, ਕਿਉਂਕਿ 7-8 ਵਾਰੀ ਤਾਂ ਵੇਖੋ ਆਪਾਂ ਬੜੇ ਚਿਰ ਦੇ ਦੁਖੀ ਆ। ਲਾਗੇ ਵੀ ਮਤਲਬ ਜਿੱਦਾਂ ਕਹ ਲਈਏ ਲਾਗੇ ਸਾਡੇ ਪਿੰਡ ਦੇ, ਉਹ ਸਾਲ ਹੋ ਗਿਆ ਸੀ ਰਿਪੀਟ ਹੁੰਦੀ ਨੂੰ। ਹਾਂ, ਸਾਲ ਹੋ ਗਿਆ ਉਹ ਵੀ ਗੱਭਣ ਹੋ ਗਈ, ਹੋਰ ਵੀ ਸਾਡੇ ਲਾਗੇ ਬੰਨੇ ਜਿੰਨੀਆਂ ਵੀ ਆ। ਅਤੇ ਅੱਜ ਬੜੀ ਖੁਸ਼ੀ ਹੋਈ ਹੈ ਨਾ ਇਹ ਚੀਜ਼ ਦੀ ਕਿ ਆਪਣੀ ਗਾਂ ਵੀ ਗੱਬਣ ਨਿਕਲ ਆਈ, ਯਕੀਨ ਹੀ ਪਹਿਲੇ ਦਿਨ ਤੋਂ ਵੀਰ ਤੇ? ਹਾਂਜੀ 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 ਵੀਰ ਜੀ, ਯਕੀਨ ਹੀ। ਹਾਂਜੀ, ਹੋਰ ਕੰਮ ਕਾਰ ਕਿੱਦਾਂ ਲੱਗਦਾ ਭਰਾ ਦਾ, ਇਹ ਦੱਸੋ, ਥੋੜਾ ਬੋਲੋ, ਦਿਲ ਖੁੱਲ ਕੇ ਆਹੋ ਟਾਈਮ ਆ ਆਪਣਾ, ਕਿੱਚ ਦੋ ਕੰਮ, ਕਿਉਂਕਿ ਰਿਆਲਿਟੀ ਹੈ ਚੀਜ਼ ਦੀ, ਹੈ ਨਾ। ਆਪਾਂ ਕੰਮ ਕੀਤਾ ਵਾ ਇਹਦੇ ਵਿੱਚ, ਕੋਈ ਆਪਾਂ ਨੂੰ, ਹੈ ਨਾ, ਸੰਗਣ ਸੁੰਗਣ ਦੀ, ਕਿਉਂਕਿ ਕੰਮ ਕੀਤਾ ਵਾ, ਕੋਈ ਚੱਕਰ ਨਹੀਂ ਮੇਰਾ ਭਰਾ। ਬਾਕੀ ਵੇਖੋ ਆਪਾਂ ਜਦੋਂ AI ਕੀਤੀ ਇਹਦੀ, ਹੈ ਨਾ, ਅਤੇ ਸਪੀਡ ਤੁਹਾਨੂੰ ਮੈਂ ਚੈੱਕ ਕਰਾਈ ਸੀ ਆਪਣੀ, ਕਿਵੇਂ ਸਪੀਡ ਸੀ ਆਪਣੀ ਟੀਕਾ ਭਰਨ ਦੀ? ਮੈਂ ਕਰਦਾ ਗੱਲ, ਬਾਕੀ ਪਾਪਾ ਜੀ ਵੀ ਬੈਠੇ, ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਮਤਲਬ ਇਹ ਵੀਰ ਹੈਗਾ ਇੱਕ 2-4 ਗਾਈਆਂ ਹੋਰ ਲਿਆਉਣ ਦਾ ਮਤਲਬ ਇਰਾਦਾ ਸੀ, ਪਰ ਜਦੋਂ ਇਹ ਰਿਪੀਟਰ ਮਤਲਬ ਇਹਨੇ ਇੰਨੀ ਵਾਰੀ ਰਿਪੀਟ ਕੀਤਾ ਤੇ ਵੀਰ ਦਾ ਇਰਾਦਾ ਬਦਲ ਗਿਆ, ਏ ਬਦਲ ਗਿਆ ਨਾ ਵੀਰ ਜੀ, ਇਹ ਗੱਲ ਹੈਗੀ ਕਿ ਨਹੀਂ? ਆਪਣੀਆਂ ਗਾਈਆਂ ਲਿਆਉਣੀਆਂ, 2-3 ਹੋਰ, ਮਤਲਬ ਇੱਕ ਛੋਟਾ ਡੇਅਰੀ ਫਾਰਮ ਸ਼ੁਰੂ ਕਰਨ ਦੀ ਤਿਆਰੀ ਸੀ, ਪਰ ਜਦੋਂ ਤੋਂ ਮਤਲਬ ਇਹਨੇ ਇੱਦਾਂ ਖਰਾਬ ਕੀਤਾ ਤੇ ਆਪਣਾ ਮਤਲਬ ਮਨ ਬਦਲ ਚੁੱਕਾ, ਏ ਬਦਲ ਚੁੱਕਾ ਹੈ ਨਾ। ਤੇ ਅੱਜ ਹੌਂਸਲਾ ਬਣ ਕੇ ਫੇਰ ਪਹੁੰਚੇ ਆ ਢਿੱਲੋਂ ਸਾਹਿਬ, ਹੌਂਸਲਾ ਬਣ ਗਿਆ ਨਾ ਭਰਾ। ਤੇ ਆਹ ਚੀਜ਼ ਹੁੰਦੀ ਜੇ ਵੇਖੋ ਜੀ, ਕਿਉਂਕਿ ਹੌਂਸਲਾ। ਬਾਕੀ ਸਤਿ ਸ਼੍ਰੀ ਅਕਾਲ ਜੀ। ਤੇ ਵੇਖੋ ਅੱਜ ਗਾਂ ਬਣ ਗਈ ਆਪਣੀ, ਕਿਵੇਂ ਲੱਗਾ? ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ। ਤੁਹਾਨੂੰ ਹੈ ਨਾ, ਬੜੇ ਚਿਰ ਦੀ ਭਰਾ, ਬੜੇ ਚਿਰ ਦੇ, ਬੜਾ ਇਹਨੇ ਬਹੁਤ ਚਿਰ ਦਾ, ਕਈ ਡਾਕਟਰ ਆਏ, ਕਈ ਗਏ ਵਿਚਾਰੇ,
ਪਰ ਨਹੀਂ ਭੇਜ ਜਾਂਦੀ ਕਿਸੇ ਦੀ। ਤੇ ਖੀਰ ਫਿਰ ਖੀਰ ਢਿੱਲੋਂ ਸਾਹਿਬ ਨੂੰ ਸੱਦਣਾ ਪਿਆ ਤੇ ਸਾਹਿਬ ਨੇ ਮੋਰਚਾ ਪੁੱਟਿਆ ਜੀ, ਢਿੱਲੋਂ ਸਾਹਿਬ ਨੇ ਮੋਰਚਾ ਪੁੱਟਿਆ ਆਣ ਕੇ ਫਤਿਹ ਕਰਤਾ ਮੋਰਚਾ, ਫਤਿਹ ਕਰਤਾ ਕੇ ਠੀਕ ਨਾ। 20 ਦਿਨਾਂ ਬਾਅਦ ਆ ਜਾਂਦੀ ਸੀ ਹੀਟ ਤੇ, ਅੱਜ 15 ਦਿਨੀ ਆ ਜਾਂਦੀ ਸੀ, ਕਰਕੇ ਰੋਕ ਰੱਖ ਦਾਂਗੇ ਸਿਸਟਮ ਹਨਾ। ਬਾਕੀ ਵਧੀਆ, ਮਤਲਬ ਦੇਖੋ ਤੁਹਾਡੇ ਲਾਗੇ ਤੁਹਾਡੇ ਸਾਹਮਣੇ ਸਾਰਾ ਕੁਛ ਹੋਇਆ ਵਾ। 5-6 ਗਾਈਆਂ ਤੇ ਬਣ ਗਈਆਂ, ਬਹੁਤ ਗੱਲ ਕਰਨ ਡਿਆ ਜੀ। ਹੋਰ ਵੀ ਦੋ ਤਿੰਨ ਵੀ ਸਿਰੇ ਚੰਨ ਵਾਲੀਆਂ ਜਲਦੀ ਮਾਸਟਰਾਂ ਵਾਲੀਆਂ ਜਿਹੜੀਆਂ, ਹਾਂ ਕਿਉਂਕਿ ਇਹਦੇ ਵਿੱਚ ਵੇਖੋ ਕਿਰਪਾ ਸੱਚੇ ਪਾਤਸ਼ਾਹ ਦੀ, ਆਸ਼ੀਰਵਾਦ ਹੈਗਾ ਤੇ ਫੇਰ ਹੀ ਆ ਨਾ। ਓਦਾਂ ਕਈ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਚਲੋ ਤੁਸੀਂ ਸਿਆਣੇ ਜੇ ਹਨਾ, ਕਈ ਵਿੱਚ ਕਹਿੰਦੇ ਨੇ ਮੇਰਾ ਭਰਾ, ਕਈ ਕਹਿੰਦੇ ਨੇ ਕਿ ਤੁੱਕਾ ਵਾ ਜਾਂ ਕਿੱਦਾਂ ਵਾ, ਕਿਵੇਂ ਇਹ 7-8 ਲੱਗ ਗਏ ਤੁੱਕੇ ਐਵੇਂ ਥੋੜਾ ਲੱਗ ਜਾਂਦੇ ਨੇ, ਉਹਦੀ ਕਿਰਪਾ ਹੁੰਦੀ ਤੇ ਫੇਰ ਹੀ ਲੱਗਦੇ ਨਾ। ਗਾਈਆਂ ਦੀ ਜਾਨ ਬਚੀ ਜਾਵੇ, ਠੀਕ ਹੈ ਗੱਲ ਕਿ ਨਹੀਂ, ਲੋਕਾਂ ਦੀ ਸੋਚ ਆ। ਕਈ ਜਿਹੜੇ ਬੋਲਦੇ ਵਿੱਚ ਕਮੈਂਟ ਕਰਦੇ ਨੇ, ਕੱਲ ਸਾਡੇ ਪਿੰਡ 2-1 ਨੇ ਕਲਾ ਨੌਰ ਘੱਲੀਆਂ, ਹਾਰ ਕੇ ਗਊਸ਼ਾਲਾ ਚ ਗਈਆਂ ਨਾ, ਗਊਸ਼ਾਲਾ ਚ ਗਈਆਂ ਤੇ ਜੇ, ਜਾਂ ਫਿਰ ਗਊਸ਼ਾਲਾ ਚ ਉਹਨੇ 1,000 ਰੁਪਇਆ 1,500 ਦੇ ਕੇ ਘੱਲੀਆਂ ਨੇ, ਉਹਨੇ ਦਿੱਤਾ ਜਿਹੜੀ 2 ਬੋਰੀਆਂ ਨੇ ਦਿੱਤੀਆਂ ਜੀ। ਕਈ ਬੰਦੇ ਏਦਾਂ ਦੇ ਹੁੰਦੇ ਵਿਚਾਰੇ ਜਿਨ੍ਹਾਂ ਕੋਲ ਪੈਸੇ 1,000-1,500 ਨਹੀਂ ਦਿੱਤਾ ਜਾਂਦਾ ਤੇ ਇੱਥੇ ਛੱਡ ਦਿੰਦੇ ਨਹਿਰ ਤੇ, ਤੇ ਫਿਰ ਉਹ ਡੰਗਾ ਖਾਂਦੀਆਂ ਇੱਥੇ ਹਨਾ, ਏਦਾਂ ਹੀ ਹੁੰਦਾ ਨਾ। ਉਹਨੇ 2 ਬੋਰੀਆਂ ਫੀਡੀਆਂ ਦਿੱਤੀਆਂ, 1,000 ਰੁਪਇਆ ਕਰਾਇਆ ਦਿੱਤਾ ਨਾਲ, ਤੇ ਬਾਕੀ ਇਹਦੀ ਅੱਜ ਜਾਨ ਬਚ ਗਈ, ਖੁਸ਼ੀ ਆ, ਖੁਸ਼ੀ ਬਹੁਤ, ਵਧੀਆ ਕੰਮ ਕਰ ਰਿਹਾ ਮੁੰਡੇ ਦਾ। ਤੇ ਤੁਸੀਂ ਮਾਤਾ ਜੀ ਵੇਖੋ ਜੇ ਤੁਹਾਨੂੰ ਬਜ਼ੁਰਗ, ਮੈਂ ਵੇਖਣ ਵਾਲਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਤੁਹਾਨੂੰ ਬਜ਼ੁਰਗਾਂ ਤੇ ਯਕੀਨ ਨਹੀਂ ਤਾਂ ਤੁਹਾਨੂੰ ਰੱਬ ਤੇ ਵੀ ਯਕੀਨ ਨਹੀਂ ਹੈਗਾ। ਤੇ ਅੱਜ ਹੁਣ ਮਾਤਾ ਨੂੰ ਆਪਾਂ ਲਿਆਂਦਾ ਕੈਮਰੇ 'ਚ, ਮਾਤਾ ਜੀ ਕਿੱਦਾਂ ਗਾਂ ਬਣ ਗਈ ਆਪਣੀ? ਹਾਂਜੀ ਹਾਂਜੀ, ਬਹੁਤ ਵਧੀਆ। ਕਿੰਨੇ ਚਿਰ ਦੇ ਦੁਖੀ ਆ ਆਪਾਂ, ਕਿੰਨਾ ਟਾਈਮ ਹੋ ਗਿਆ? ਬਹੁਤ ਦੁਖੀ ਆ, ਬਹੁਤ ਦੁਖੀ। 6 ਮਹੀਨੇ ਹੋ ਗਏ ਸੀ ਸਾਨੂੰ, 7 ਮਹੀਨੇ। ਕਿੰਨੇ ਵਾਹਵਾ ਕਿਉਂ ਟੀਕੇ ਲਵਾਏ? ਹਾਂ ਬਹੁਤ ਟੀਕੇ ਲਵਾਏ। ਤੇ ਮੈਂ ਸਿਰਫ, ਮੇਰਾ ਭਰਾ ਦੱਸੀ, ਸਿਰਫ ਇੱਕ ਵਾਰੀ ਇੱਕ ਮੈਂ ਦਵਾਈ ਇੱਕ ਦਿਨ ਭਰ ਕੇ ਗਿਆ ਹਨਾ, ਤੇ ਡਬਲ ਸੀਮਨ ਲਾ ਕੇ ਗਿਆ, ਬਸ ਇੰਨਾ ਕੀ ਕੰਮ ਸੀ ਨਾ ਆਪਣਾ, ਇੱਥੇ ਸਮਾਪਤੀ ਕਰਤੀ ਆਪਾਂ ਹਨਾ। ਤੇ ਬਾਕੀ ਮਾਤਾ ਜੀ ਕਿੱਦਾਂ, ਕੀ ਕਹਿਣਾ ਚਾਹੋਦੇ ਮੁੰਡੇ, ਇਹ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਅਸੀਂ ਨੇ ਪਰਮਾਤਮਾ ਤੈਨੂੰ ਬਹੁਤਾ ਦੇ ਤੇ ਬਹੁਤੀਆਂ ਖੁਸ਼ੀਆਂ ਮਾਰੇ ਦੇ। ਵੇਖੋ ਜੀ ਆਹ ਜਿਹੜੀਆਂ ਸੀਸਾਂ ਹੁੰਦੀਆਂ ਨਾ, ਜਿਹੜੀ ਸੀਸ ਦੇ ਦੇਣੀਆਂ ਤੁਸੀਂ, ਇਹਨੇ ਗਾਂ ਲੈ ਕੇ ਜਾਣਾ ਵਾ। ਤੇ ਜਿਹੜੇ ਆ ਮਾੜਾ ਬੋਲਦੇ ਨੇ ਮਾਤਾ ਜੀ, ਕਈ ਮਤਲਬ ਆਪਾਂ ਭਲਾ ਵੀ ਕਰਨ ਡੇ ਆ, ਚੰਗਾ ਵੀ ਕਰਨ ਡੇ ਆ, ਤੇ ਫਿਰ ਵੀ ਸਾਨੂੰ ਕਈ ਮਾੜਾ ਬੋਲੀ ਜਾਂਦੇ ਆ। ਨਹੀਂ ਨਹੀਂ, ਭਲੇ ਉਹ ਨਹੀਂ ਬੁਰਾ ਕਹਿਣਾ ਚਾਹੀਦਾ। ਨਹੀਂ ਨਹੀਂ, ਵੇਖੋ ਮੈਂ ਮਾੜਾ ਕੀ ਕੀਤਾ ਦੱਸੋ ਹੁਣ, ਜਿਵੇਂ ਕੀਤਾ ਮਾੜਾ ਨਹੀਂ ਕੀਤਾ, ਬਹੁਤ ਵਧੀਆ ਕੀਤਾ, ਬਹੁਤ ਸਿਰਫ ਇੱਕ ਚੰਗਾ ਕਰਨ ਡੇ ਆ, ਲੋਕਾਂ ਦੇ ਨਾਲ ਖੜਨ ਡੇ ਆ, ਲੋਕਾਂ ਨੂੰ ਕਰਕੇ ਦਿਖਾਉਣ ਡੇ ਆ। ਮੇਰੀ ਗੱਲ ਸੁਣੋ, ਲੋਕਾਂ ਨਾਲ ਖੜਨ ਡੇ ਆ, ਕਰਕੇ ਦਿਖਾਉਣ ਡੇ ਆ, ਹਨਾ, ਭਲਾ ਕਰਨ ਡੇ, ਭਲਾ ਕਰਨ ਡੇ ਆ, ਤੇ ਫਿਰ ਵੀ ਲੋਕ ਲੱਤਾਂ ਖਿੱਚੀ ਜਾਂਦੇ ਨੇ, ਮਤਲਬ ਪਤਾ ਕੀ ਹੁੰਦਾ, ਲੋਕ ਮਾੜਾ ਬੋਲੀ ਜਾਂਦੇ ਨੇ, ਬੋਲੀ ਜਾਣਾ ਹੁੰਦਾ ਆਪਾਂ, ਅਸੀਂ ਆਪਣੇ ਕੰਮ ਤੁਰੇ ਜਾਓ ਤੁਸੀਂ, ਲੋਕਾਂ ਨੇ ਰੱਬ ਨੂੰ ਨਹੀਂ ਬਖਸ਼ਿਆ ਆਪਾਂ ਤਾਂ ਫਿਰ ਵੀ ਬੰਦੇ ਆ। ਤੇ ਬਾਕੀ ਲਓ ਜੀ ਤੁਹਾਡੇ ਸਾਹਮਣੇ ਗੱਲਬਾਤ ਹੋ ਗਈ ਆ, ਜੋ ਵੀ ਯਕੀਨ ਰੱਖਿਆ ਕਰੋ, ਯਕੀਨ ਕਰਿਆ ਕਰੋ, ਤੇ ਇਹ ਵੀ ਜਾਨ ਬਚੀ ਹੈ ਗਾਂ ਦੀ, ਗਾਂ 20-22 ਲੀਟਰ ਪਲੱਸ ਵਾਲੀ ਗਾਂ ਹੀ, ਸਿਰਫ ਇੱਕ ਨਾ ਬੰਨ ਖੁਣੋ ਹੀ, ਮਤਲਬ ਇਹ ਫਿਰ ਵੀ ਵੀਰ ਨੇ ਆਪਣੇ ਨੇ ਹੌਂਸਲਾ ਬਣਾ ਕੇ ਰੱਖਿਆ, ਅਤੇ ਚਲੋ ਆਪਣੇ ਨਾਲ ਕਨੈਕਟ ਹੋਇਆ ਅਤੇ ਅੱਜ ਗਾਂ ਗੱਭਣ ਹੋ ਗਈ ਆ। ਅਤੇ ਮੇਰੇ ਭਰਾ ਜਿਹੜੇ ਮਾੜਾ ਬੋਲਦੇ ਆ ਨਾ, ਠੀਕ ਹੈ ਨਾ, ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਵੀਰ ਤੁਹਾਡੀ ਸੋਚ ਉੱਥੇ ਕਿਹੀ ਆ, ਠੀਕ ਹੈ ਨਾ, ਤੁਸੀਂ ਭਰਾਵੋ ਕਿਹਨੂੰ ਸਮਝ ਨਹੀਂ ਸਕਦੇ, ਠੀਕ ਹੈ ਨਾ, ਤੁਹਾਡੀ ਸੋਚ ਆ ਉੱਥੇ ਕਿਹੀ। ਅਤੇ ਮਾੜਾ ਬੋਲਣ ਤੋਂ ਪਹਿਲਾਂ ਵੇਖ ਲਿਆ ਕਰੋ ਕਿ ਇੱਦਾਂ ਨਾ ਖੰਡੇ, ਸਿਰਫ ਤੁਹਾਡੇ ਕੋਲ ਜਰਿਆ ਨਹੀਂ ਜਾਣ ਡਿਆ, ਬੰਦਾ ਕੰਮ ਕਰਦਾ ਜਰਿਆ ਨਹੀਂ ਜਾਣ ਡਿਆ ਤੁਹਾਡੇ ਕੋਲ, ਗੱਲ ਕੋਈ ਨਹੀਂ, ਇੱਕ ਦੋ ਬੰਦੇ ਹੀ ਆ ਜਿਹੜੇ ਲੱਤਾਂ ਖਿੱਚਣ ਡੇ ਨੇ, ਬਾਕੀ ਆਪਾਂ ਤਾਂ ਲੜੀ ਬੰਨੀ ਰੱਖਣੀ ਵੀਡੀਓ ਦੀ, ਇੱਦਾਂ ਵੀਡੀਓ ਹੁੰਦੀਆਂ ਰਹਿਣੀਆਂ। ਬਾਕੀ ਮੇਰੇ ਭਰਾ ਚੰਗੀ ਲੱਗੀ ਤਾਂ ਸ਼ੇਅਰ, ਲਾਈਕ ਅਤੇ ਕਮੈਂਟ ਜ਼ਰੂਰ ਕਰਿਓ। ਚੰਗਾ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਬਸ ਇੰਨਾ ਹੀ ਕੰਮ ਹੀ ਨਾ।
ਚੱਲ ਵਧੀਆ ਨਾਲ ਸਪੋਰਟ ਹੋ ਗਈ ਵੀ, ਕਿਉਂਕਿ